ਦੇਖੋ ਜੀ ਡਿਪਲੋਮੈਟਿਕ ਜਿਹੜੇ ਰਿਸ਼ਤੇ ਨੇ ਕੈਨੇਡਾ ਜਿਹੜਾ ਬਹੁਤ ਵੱਡਾ ਮੁਲਕ ਹੈ ਅਤੇ ਕੈਨੇਡਾ ਦੇ ਵਿੱਚ ਬਹੁਤ ਭਾਰੀ ਗਿਣਤੀ 'ਚ ਪੰਜਾਬੀ ਜਿਹੜੇ ਨੇ ਵੱਸਦੇ ਨੇ ਔਰ ਘੁੱਗ ਵੱਸਦੇ ਨੇ ਅਤੇ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਕੈਨੇਡਾ 'ਚ ਵੀ ਕਈ ਪੰਜਾਬ ਵੱਸਦੇ ਨੇ ਵੈਨਕੂਵਰ ਟੋਰਾਂਟੋ ਕੈਲਗਰੀ ਐਡਮਿੰਟਨ ਪੰਜਾਬੀਆਂ ਨੇ ਬਹੁਤ ਜਾ ਕੇ ਤਰੱਕੀਆਂ ਕੀਤੀਆਂ ਹੋਈਆਂ ਨੇ ਅਤੇ ਉਹ ਉਹਨਾਂ ਦੇ ਨਾਲ ਜਿਹੜੇ ਪੰਜਾਬੀ ਮੰਤਰੀ ਵੀ ਆਏ ਹੋਏ ਨੇ ਸੋ ਜੇ ਇਸ ਤਰ੍ਹਾਂ ਦਾ ਜਿਹੜਾ ਵਾਰਤਾਲਾਪ ਹੈ ਉਹ ਹੋਣੇ ਚਾਹੀਦੇ ਆ ਦੋ ਦੇਸ਼ਾਂ ਦੇ ਵਿੱਚ ਕਿਉਂਕਿ ਕੋਈ ਵਪਾਰ ਦੇ ਦੁਵੱਲੇ ਸੰਬੰਧ ਹੋ ਜਾਣ ਜਾਂ ਕੋਈ ਹੋਰ ਜਿਹੜੇ ਦੋ ਦੇਸ਼ਾਂ ਦੇ ਸਮਝੌਤੇ ਹੋ ਜਾਣ ਉਹ ਤਰੱਕੀ ਵਾਸਤੇ ਵਧੀਆ ਹੈ। ਜਦੋਂ ਅਕਾਲੀਆਂ 'ਤੇ ਹੁੰਦਾ ਉਦੋਂ ਪਟਿਆਲੇ ਹੋਇਆ ਸੀ ਘੱਗੇ ਹੋਇਆ ਸੀ ਉਹਨੂੰ ਤਾਂ ਇਹ ਪਾਰਲੀਮੈਂਟ ਤੱਕ ਚੰਦੂ ਮਾਰੇ ਹੋਈ ਬੋਲੀ ਜਾਂਦੇ ਹੁੰਦੇ ਦੇਖੋ ਮੈਡਮ ਜਿਹੜਾ ਗੁੰਡਾਗਰਦੀ ਕਰਦੇ ਆ ਅਤੇ ਜਦੋਂ ਵਿਰੋਧੀ ਪਾਰਟੀ 'ਤੇ ਦੂਜੀ 'ਤੇ ਹਮਲਾ ਹੁੰਦਾ ਉਦੋਂ ਕਹਿੰਦੇ ਡਰਾਮਾ ਹੈ। ਇਹ ਤਾਂ ਉਹ ਗੱਲ ਹੈ ਕਿ ਤੁਹਾਡਾ ਕੁੱਤਾ ਕਤੀੜ ਸਾਡਾ ਕੁੱਤਾ ਟੌਮੀ ਦੂਜੇ ਦੇ ਘਰ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋਹੜੀ ਲੱਗਦੀ ਹੈ ਆਪਦੇ ਘਰੇ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਸੋ ਇਹਨਾਂ ਨੂੰ ਜਦੋਂ ਆਪਦੇ 'ਤੇ ਹਮਲੇ ਹੁੰਦੇ ਨੇ ਗੁੰਡਾਗਰਦੀ ਨਾਲ ਪਹਿਲਾਂ ਵੀ ਨਗਰ ਨਿਗਮ ਜਿਹੜੀ ਹੈ ਤਿੰਨ ਤਿੰਨ ਸ਼ਹਿਰਾਂ ਦੀ ਜਿੱਤੀ ਇਹਨਾਂ ਨੇ ਹੁਣ ਫਿਰ ਉਹੀ ਲੁਧਿਆਣੇ 'ਚ ਵੀ ਇਹੀ ਕਰਨਗੇ। ਸਰ ਇੱਥੇ ਦੇ ਹਸਪਤਾਲ ਨੇੜੇ ਲੋਕ ਮਾਨ ਸਾਹਿਬ ਸੰਗਰੂਰ ਦੇ ਵਿੱਚ MPਆਂ ਦੇ ਵਿਧਾਇਕਾਂ ਦੀ ਜਿਹੜੀ ਤੁਸੀਂ ਕਾਨਫਰੰਸ ਹੋਈ ਸੀ ਉਹਦੇ ਵਿੱਚ ਸਾਰੇ ਨੇ ਇਹ ਗੱਲ ਕਹੀ ਕਿ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ ਉਹਦੇ ਵਿੱਚ ਮਹਿੰਗੇ ਖਰਚੇ ਮਹਿੰਗੇ ਵਿਆਹ ਦਾ ਵੀ ਰੋਲ ਹੈ। ਨਹੀਂ ਦੇਖੋ ਸਮਾਜਿਕ ਅਤੇ ਸਰਕਾਰੀ ਦੋਨੇ ਕਾਰਨ ਨੇ ਸਰਕਾਰਾਂ ਦੀ ਅਣਗਹਿਲੀ ਇਹ ਹੈ ਕਿ ਉਹਨਾਂ ਨੇ ਹੁਣ ਤੱਕ ਉਹਦੀ ਲਾਗਤ ਜਿਹੜੀ ਹੈ ਪ੍ਰੋਡਕਸ਼ਨ ਕੋਸਟ ਉਹ ਘਟਾਉਣ ਦੀ ਕੋਈ ਲੇਟੈਸਟ ਤਕਨੀਕਾਂ ਬਣਾਉਣ ਦੀ ਕੋਈ ਯੂਨੀਵਰਸਿਟੀਆਂ ਨੇ ਕੋਈ ਹਿੰਮਤ ਨਹੀਂ ਕੀਤੀ ਉਹਨਾਂ ਕੋਲ ਫੰਡ ਨਹੀਂ ਹੈਗੇ ਅਤੇ ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਕਰਨ ਦੀ ਹਰ ਸਰਕਾਰ ਗੱਲ ਕਹਿੰਦੀ ਉਹ ਨਹੀਂ ਲਾਗੂ ਕੀਤੀ ਅਤੇ ਬਾਕੀ ਜਿਹੜੇ ਸਮਾਜਿਕ ਤਾਣੇ ਬਾਣੇ 'ਚ ਫਸ ਗਿਆ ਰੀਤੀ ਰਿਵਾਜ਼ਾਂ 'ਚ ਜਿਹੜਾ ਸਮਾਜ ਸਾਡਾ ਉਹਦੇ ਵਿੱਚ ਵੀ ਉਹ ਆਪ ਮਨੋਂ ਨਹੀਂ ਚਾਹੁੰਦਾ ਕਿ ਮੈਂ ਖਰਚਾ ਕਰਾਂ ਪਰ ਕਰਨਾ ਪੈਂਦਾ ਲੋਕ ਨਹੀਂ ਤਾਂ ਕਹਿੰਦੇ ਉਹ ਕੀ ਕਹੂ ਉਹ ਕਹੂ ਇਸ ਦੁਨੀਆ ਮੇਂ ਸਭਸੇ ਬੜਾ ਰੋਗ ਮੇਰੇ ਬਾਰੇ ਮੈਂ ਕਿਆ ਕਹੇਂਗੇ ਲੋਕ ਇਹ ਸਾਰਾ ਕਾਰਨ ਨੇ ਪਰ ਇਹਦੇ ਵਾਸਤੇ ਮਿਲ ਕੇ ਬੈਠਣ ਦੀ ਔਰ ਨੀਤੀਆਂ ਬਣਾਉਣ ਦੀ ਲੋੜ ਹੈ। ਇਹ ਕਾਰਨ ਵੀ ਹੈ ਕਿ ਖੁਦਕੁਸ਼ੀ ਦਾ ਦੇਖੋ ਜੀ ਜਦੋਂ ਤੁਹਾਡੀ ਕਬੀਲਦਾਰੀ ਲੀਹ ਤੋਂ ਲੈਂਦੀ ਹੈ ਉਹਦੇ ਕਈ ਕਾਰਨ ਹੁੰਦੇ ਨੇ ਜਦ ਤੱਕ ਕੋਈ ਕਰਜ਼ਾ ਚੜ੍ਹ ਗਿਆ ਧੀ ਦੇ ਵਿਆਹ ਕਰਕੇ ਚੜ੍ਹ ਗਿਆ ਵਿਆਹ ਦਾ ਮਤਲਬ ਫਿਰ ਉਹੀ ਆ ਗਿਆ ਉੱਥੇ ਆ ਗਿਆ ਜੀ ਕਿ ਉਹ ਦਾਜ ਦਹੇਜ ਆ ਗਿਆ ਵਿੱਚ ਸੋ ਬਹੁਤ ਕਾਰਨ ਨੇ ਪਰ ਨਾਲ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਘੱਟੋ ਘੱਟ ਬੇਲ ਆਊਟ ਕਰੇ ਜਦੋਂ ਇੰਡਸਟਰੀ ਵਾਲੇ ਬੈਂਕਰਪਟ ਹੋ ਜਾਂਦੇ ਨੇ ਜਦੋਂ ਕੋਈ ਵੱਡਾ ਉਦਯੋਗਪਤੀ ਉਹਦਾ ਫੈਕਟਰੀ ਫੇਲ ਹੋ ਜਾਂਦੀ ਉਹਨਾਂ ਨੂੰ ਬੇਲ ਆਊਟ ਕਰ ਦਿੰਦੇ ਨੇ ਉਹਨਾਂ ਦੇ ਕਰਜ਼ੇ ਮਾਫ਼ ਕਰ ਦਿੰਦੇ ਨੇ ਬੀਜੇ ਮਾਲੀਆ 9000 ਕਰੋੜ ਰੁਪਇਆ ਲੈ ਕੇ ਬਾਹਰ ਭੱਜ ਗਿਆ ਆ ਹੁਣ ਨੀਰਵ ਮੋਦੀ ਇਹ 11000 ਕਰੋੜ ਰੁਪਏ ਲੈ ਕੇ ਬਾਹਰ ਭੱਜ ਗਿਆ ਅਤੇ ਘੱਟੋ ਘੱਟ ਕਿਸਾਨ ਜਿਹੜਾ ਹੈ ਜੇ ਜਦੋਂ ਹਰੀ ਕ੍ਰਾਂਤੀ ਆਈ ਸੀ ਪੰਜਾਬ ਦੇ ਲੋਕਾਂ ਨੇ ਧਰਤੀ ਦੀ ਹਿੱਕ ਚੀਰ ਕੇ ਸੋਨਾ ਉਗਾਇਆ ਅਤੇ ਪੂਰੇ ਮੁਲਕ ਦਾ ਢਿੱਡ ਭਰਿਆ ਅੱਜ ਪੰਜਾਬ ਦਾ ਕਿਸਾਨ ਟ੍ਰੈਜਡੀ ਦੇ ਵਿੱਚ ਹੈ ਕ੍ਰਾਈਸਿਸ ਦੇ ਵਿੱਚ ਹੈ ਤਾਂ ਮੁਲਕ ਸਰਕਾਰਾਂ ਦਾ ਫਰਜ਼ ਹੈ ਕਿ ਉਹਦੀ ਬਾਂਹ ਫੜੇ ਮੈਂ ਗੱਲ ਇਲਾਜ ਹੀ ਇੰਨਾ ਮਹਿੰਗਾ ਉਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਸਰਕਾਰੀ ਸੜਕਾਂ ਖਤਮ ਕਰਤੀਆਂ ਪ੍ਰਾਈਵੇਟ ਸੜਕਾਂ ਦਾ ਤੁਹਾਡੀ ਵਾਲੀ ਪ੍ਰਾਈਵੇਟ ਹੀ ਹੈ ਕਿੰਨੇ ਕਿੰਨੇ ਟੋਲ ਆਉਣਗੇ ਜਦੋਂ ਜਾਓਗੇ ਬਠਿੰਡੇ ਨੂੰ ਇੱਥੋਂ ਸੋ ਇਸ ਕਰਕੇ ਸਰਕਾਰਾਂ ਫਿਰ ਆਪਦੀ ਜ਼ਮੀਨ ਤੋਂ ਕਿਉਂ ਭੱਜ ਰਹੀ ਨੇ ਸਰਕਾਰ ਕਾਹਦੇ ਵਾਸਤੇ ਬਣਦੀ ਹੈ ਜਿਹੜੀ ਸਰਕਾਰ ਬਣਦੀ ਹੈ ਵਾਅਦੇ ਕਰ ਲੈਂਦੇ ਵੱਡੇ ਵੱਡੇ ਬਾਅਦ 'ਚ ਪਹਿਲਾ ਬਿਆਨ ਆਉਂਦਾ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਅਤੇ ਫਿਰ ਇਹ ਖਜ਼ਾਨਾ ਲੋਕਾਂ ਵਾਸਤੇ ਖਾਲੀ ਕਿਉਂ ਆਉਂਦਾ ਭੱਠਣ ਦਾ 80 ਲੱਖ ਰੁਪਇਆ ਮਾਫ਼ ਕਰਨ ਵੇਲੇ ਕਿਹੜੇ ਖਜ਼ਾਨੇ 'ਚੋਂ ਪੈਸੇ ਆ ਜਾਂਦੇ ਨੇ ਸੋ ਇਹ ਆਪਸ 'ਚ ਰਲੇ ਹੋਏ ਨੇ ਲੋਕਾਂ ਦੀ ਪਰਵਾਹ ਕੋਈ ਨਹੀਂ ਔਰ ਮੈਂ ਤਾਂ ਖੈਰ ਹੈਲਥ ਐਂਡ ਐਜੂਕੇਸ਼ਨ ਵਾਸਤੇ ਸਭ ਤੋਂ ਵੱਧ ਫੰਡ ਦਿੰਦਾ ਮੈਂ ਸਕੂਲਾਂ ਵਾਸਤੇ ਕਮਰੇ ਪਾਉਣ ਵਾਸਤੇ ਪੈਸੇ ਦਿੰਦੇ ਹਾਂ ਅਸੀਂ ਹਸਪਤਾਲ ਵਾਸਤੇ ਐਂਬੂਲੈਂਸਾਂ ਸੁਨਾਮ ਵਾਲੇ ਹਸਪਤਾਲ ਵਾਸਤੇ ਅਸੀਂ ਜਨਰੇਟਰ ਦਿੱਤਾ ਮੈਂ ਸਕੂਲ ਵਾਸਤੇ ਪੈਸੇ ਦੇ ਸਕਦਾ ਲਾਇਬ੍ਰੇਰੀ ਦੇ ਕਮਰੇ ਵਾਸਤੇ ਜਾਂ ਬਾਥਰੂਮ ਵਾਸਤੇ ਪਰ ਮੈਂ ਸਕੂਲ ਨੂੰ 5ਵੀਂ ਤੋਂ 8ਵੀਂ 8ਵੀਂ ਤੋਂ 10ਵੀਂ ਦਾ ਨਹੀਂ ਕਰ ਸਕਦਾ ਇਹ ਸਟੇਟ ਦਾ ਮਾਮਲਾ ਹੈ।